ਕਿ ਜੇਕਰ ਗੋਲੀ ਨਾ ਖਾਓ ਤੇ ਕੀ ਤੁਹਾਨੂੰ ਮੁਸ਼ਕਲ ਜਿੱਦਾਂ ਹੁਣ ਆਪਾਂ ਡਰਾਈਵਰੀ ਤੇ ਭੀਮ ਖਾਈ ਭੁੱਕੀ ਖਾਈ ਦੀ ਉਹਦਾ ਨਹੀਂ ਮਿਲੂ ਤੇ ਤੋੜ ਆਉਂਦੀ ਆ ਹੁਣ ਫਿਰ ਤੋੜ ਆਉਂਦੀ ਆ ਹੁਣ ਖਾਵਾਂਗੇ ਦੀ ਕੈਮਰਾ ਵਾਂਗੇ ਸਾਡੇ ਚਵਿੰਡਾ ਦੇ ਵੀ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆ ਰਹੇ ਆ ਕਿਉਂਕਿ ਇੱਦਾਂ ਲੋਕਡਾਊਨ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਬਿਮਾਰੀ ਇੱਕ ਵਾਰੀ ਪਿੰਡ ਦੇ ਵਿੱਚ ਕਿਸੇ ਨੂੰ ਐਂਟਰ ਕਰ ਗਈ ਕਿਸੇ ਤੋਂ ਸਾਰੇ ਪਿੰਡ ਹੀ ਮਰ ਜਾਣਾ ਕਰਫਿਊ ਅਤੇ ਲੋਕਡਾਊਨ ਕਰਕੇ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਬਾਰ-ਬਾਰ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਰੋਨਾ ਵਾਇਰਸ ਇੱਕ ਦੂਸਰੇ ਤੋਂ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ ਇੱਕ ਪਾਸੇ ਲੋਕਾਂ ਵੱਲੋਂ ਆਪਣੇ ਕੰਮਕਾਰ ਤਿਆਗ ਕੇ ਘਰਾਂ ਵਿੱਚ ਬੈਠ ਕੇ ਸਰਕਾਰ ਦੇ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਨਸ਼ਾ ਛੁਡਾਓ ਗੋਲੀਆਂ ਲੈਣ ਆ ਰਹੇ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਹੋ ਰਹੀ ਭੀੜ ਕਰੋਨਾ ਵਰਗੀ ਬਿਮਾਰੀ ਨੂੰ ਆਪ ਸੱਦਾ ਦੇ ਰਹੀ ਹੈ ਗੱਲ ਕਰ ਰਹੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚਵਿੰਡਾ ਦੇਵੀ ਦੀ ਜਿੱਥੋਂ ਦੇ ਸਰਕਾਰੀ ਹਸਪਤਾਲ ਦੇ ਓਟ ਕਲੀਨਿਕ ਵਿੱਚ ਨਸ਼ਾ ਛੁਡਾਓ ਗੋਲੀਆਂ ਲੈਣ ਲਈ ਸੈਂਕੜੇ ਨਸ਼ਾ ਪੀੜਤ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਹੈ ਅੱਜ ਪਿੰਡ ਚਵਿੰਡਾ ਦੇਵੀ ਦੇ ਲੋਕ ਅਤੇ ਮੋਹਤਬਾਰ ਇਸ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਤੇ ਇਕੱਠੇ ਹੋਏ ਮੋਹਤਬਾਰਾਂ ਦਾ ਕਹਿਣਾ ਸੀ ਕਿ ਇਸ ਹਸਪਤਾਲ ਵਿੱਚ 2-3 ਜ਼ਿਲ੍ਹਿਆਂ ਦੇ ਲੋਕ ਦਵਾਈ ਲੈਣ ਲਈ ਇਕੱਠੇ ਹੁੰਦੇ ਹਨ ਅਤੇ ਭੀੜ ਇਕੱਠੀ ਹੋਣ ਕਰਕੇ ਪਿੰਡ ਵਿੱਚ ਕਰੋਨਾ ਵਰਗੀ ਬਿਮਾਰੀ ਫੈਲਣ ਦਾ ਡਰ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚੋਂ ਇਹ ਦਵਾਈ ਲੈਣੀ ਬੰਦ ਕੀਤੀ ਜਾਵੇ ਮਸਲਾ ਇਹ ਜੀ ਮਤਲਬ ਇੱਕ ਦੇ ਆ ਜਿਹੜਾ ਬਾਹਰ ਦੇ ਮਤਲਬ ਜਿਹੜੇ ਆ ਨਾ ਬਾਹਰ ਦੇ ਮਤਲਬ ਲੋਕ ਜਿਹੜੇ ਆ ਇੱਥੋਂ ਦਾ ਬਟਾਲੇ ਤੱਕ ਫਤਿਹਗੜ੍ਹ ਚੂੜੀਆਂ ਤੱਕ ਸਾਰੇ ਇੱਥੇ ਆਉਣ ਡਏ ਤੇ ਮਤਲਬ ਗੱਲ ਇਹ ਕਦੇ ਬੈਂਕਾਂ ਜਿਹੜੀਆਂ ਖੁੱਲੀਆਂ ਬਾਹਰ ਜਾ ਕੇ ਤੁਸੀਂ ਵੇਖੋ ਮਤਲਬ ਗੱਲ ਨਾ ਹਜ਼ਾਰਾਂ ਦੀ ਤਾਦਾਦ ਦੇ ਨਾਲ ਜਿਹੜਾ ਮਤਲਬ ਕਿ ਨਾ ਜਨਤਾ ਇਕੱਠੀ ਹੋਈ ਆ ਹਾਂਜੀ ਇਹ ਹੁਣ ਬਾਹਰੋਂ ਆਏ ਆ ਬੰਦੇ ਜਿੰਨੇ ਵੀ ਕੋਈ ਜੇ ਇੱਕੋ ਹੀ ਬੰਦੇ ਦੇ ਵਿੱਚ ਕੋਈ ਨਾ ਕੋਈ ਮਤਲਬ ਕਿ ਨਾ ਕਰੋਨਾ ਵਾਇਰਸ ਆ ਗਿਆ ਤੇ ਸਾਡੇ ਪਿੰਡ ਨੂੰ ਸਾਰੇ ਨੂੰ ਹਰ ਖਤਰਾ ਹੋ ਗੱਲ ਤਾਂ ਇਹਨਾਂ ਨੂੰ ਆ ਜਿਹੜਾ ਸੈਂਟਰ ਸਾਡਾ ਇੱਕ ਦਿੱਤਾ ਇਹ ਛੋਟੇ ਛੋਟੇ ਸੈਂਟਰ ਬਾਹਰ ਦੇ ਪਿੰਡਾਂ ਤੱਕ ਬਣਾਏ ਜਾਣ ਤੇ ਜਨਤਾ ਜਿਹੜੀ ਸਾਰੀ ਦੀ ਸਾਰੀ ਵੰਡੀ ਜਾਵੇ ਤੇ ਇੱਥੇ ਵੀ ਰਸ਼ ਨਾ ਪਵੇ ਕਰੋਨਾ ਬਿਮਾਰੀ ਕਰਕੇ ਲੋਕਾਂ ਨੇ ਪਿੰਡੋ ਪਿੰਡੀ ਆਪਣੇ ਆਪਣੇ ਪਿੰਡ ਲੋਕ ਕੀਤੇ ਆ ਵੀ ਕੋਈ ਅੰਦਰ ਐਂਟਰ ਨਾ ਕਰੇ ਕੋਈ ਬਾਹਰ ਨਾ ਜਾਵੇ ਸਾਡੇ ਚਵਿੰਡਾ ਦੇ ਵੀ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆ ਰਹੇ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਹੀ ਬਾਹਰ ਜਾ ਰਹੇ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਜਾਂ ਇਹ ਨਸ਼ਾ ਛੁਡਾਓ ਕੇਂਦਰ ਬੰਦ ਕਰ ਦੇਣ ਜਾਂ ਉਹਨਾਂ ਨੂੰ 15-15 ਦਿਨ ਦੀ ਦਵਾਈ ਦੇਣ ਕਿਉਂਕਿ ਇੱਦਾਂ ਲੋਕਡਾਊਨ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਬਿਮਾਰੀ ਇੱਕ ਵਾਰੀ ਪਿੰਡ ਦੇ ਵਿੱਚ ਕਿਸੇ ਨੂੰ ਐਂਟਰ ਕਰ ਗਈ ਕਿਸੇ ਤੋਂ ਸਾਰੇ ਪਿੰਡ ਹੀ ਮਰ ਜਾਣਾ ਫਾਇਦਾ ਕੀ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਜਾਂ ਦੇ ਹਸਪਤਾਲ ਇਹਨਾਂ ਨੂੰ 15-15 ਦਿਨ ਦੀ ਦਵਾਈ ਦੇਵੇ ਤੇ ਜਾਂ ਇਹ ਬੰਦ ਕਰ ਦਿੱਤਾ ਜਾਵੇ ਤੇ ਇਹ ਸਨ ਚਵਿੰਡਾ ਦੇਵੀ ਦੇ ਮੋਹਤਬਾਰ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਇਹ ਜਿਹੜਾ ਖਤਰਾ ਬਣਿਆ ਹੋਇਆ ਇਹਨਾਂ ਦੇ ਪਿੰਡ 'ਚ ਕਰੋਨਾ ਫੈਲਣ ਦਾ ਜਦਕਿ ਸੋਸ਼ਲ ਡਿਸਟੈਂਸ ਜਿਹੜਾ ਮੇਨ ਜਿਹੜਾ ਸਰਕਾਰ ਵੱਲੋਂ ਹਦਾਇਤ ਦਿੱਤੀ ਜਾ ਰਹੀ ਹੈ ਕਿ ਸੋਸ਼ਲ ਡਿਸਟੈਂਸ ਬਣਾਇਆ ਜਾਏ ਪਰ ਇੱਥੇ ਜਿਹੜਾ ਦੇਖਣ ਨੂੰ ਮਿਲਿਆ ਅਸੀਂ ਤੁਹਾਨੂੰ ਦਿਖਾਇਆ ਹੀ ਹੈ ਕਿ ਕਿਵੇਂ ਲਾਈਨਾਂ ਲੱਗੀਆਂ ਤੇ ਜਿਹਦੇ 'ਚ ਕੋਈ ਡਿਸਟੈਂਸ ਨਹੀਂ ਸਾਰੇ ਇੱਕ ਦੂਜੇ ਦੇ ਨਾਲ ਨਾਲ ਜੁੜ ਕੇ ਬੈਠੇ ਸੀ ਉਧਰ ਨਸ਼ਾ ਛੁਡਾਓ ਗੋਲੀਆਂ ਲੈਣ ਪਹੁੰਚੇ ਨੌਜਵਾਨਾਂ ਨੇ ਦੋਸ਼ ਲਾਏ ਕਿ ਹਸਪਤਾਲ ਵਾਲਿਆਂ ਵੱਲੋਂ ਉਹਨਾਂ ਨੂੰ ਸਿਰਫ 2-3 ਦਿਨ ਦੀ ਹੀ ਦਵਾਈ ਦਿੱਤੀ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਦੁਬਾਰਾ ਆਉਣਾ ਪੈਂਦਾ ਹੈ ਜਿਸ ਕਰਕੇ ਭੀੜ ਇਕੱਠੀ ਹੋ ਜਾਂਦੀ ਹੈ ਕਿੰਨੇ ਦਿਨ ਦੀ ਦੇ ਰਹੇ ਦਵਾਈ ਹੁਣ ਤਿੰਨਾਂ ਤਿੰਨ ਕਈਆਂ ਨੂੰ ਤਿੰਨਾਂ ਦਿਨਾਂ ਦੀ ਕਈਆਂ ਨੂੰ ਹਫ਼ਤੇ ਦੀ ਵਿੱਚੋਂ ਵੇਚੀ ਜਾਂਦੇ ਗੋਲੀਆਂ ਇਹ ਉਧਰ ਜਦੋਂ ਹਸਪਤਾਲ ਦੇ ਅਧਿਕਾਰੀਆਂ ਨੂੰ ਇੰਨੀ ਭੀੜ ਇਕੱਠੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸਰਕਾਰ ਵੱਲੋਂ ਹੁਕਮ ਨੇ ਕਿ ਕੋਈ ਜਿਹੜੇ ਮਰਜ਼ੀ ਜ਼ਿਲ੍ਹੇ ਵਿੱਚੋਂ ਆ ਜਾਵੇ ਕਾਰਡ ਵੇ ਕੇ ਉਹਨਾਂ ਨੂੰ ਦਵਾਈ ਦੇਣ ਦੀਆਂ ਹਦਾਇਤਾਂ ਹਨ ਇਹ ਜੀ ਸਾਨੂੰ ਇੰਨੀ ਮਿਲੀ ਆ ਸਾਨੂੰ ਪਿੱਛੋਂ ਹੁਕਮ ਹੋਇਆ ਵੀ 5 ਦਿਨ ਦੀ ਦਿਓ ਤੇ ਅਸੀਂ ਹੁਣ 2 ਗਰੁੱਪਾਂ 'ਚ ਦਵਾਈ ਕਰ ਰਹੇ ਹਾਂ ਜਿਹੜੇ 3 ਜਾਂ 3 ਤੋਂ ਵੱਧ ਵਾਲੇ ਆ ਉਹਨਾਂ ਨੂੰ ਅਸੀਂ ਦੇ ਰਹੇ ਹਾਂ 3 ਦਿਨ ਦੀ ਦੂਜਿਆਂ ਨੂੰ ਦੇ ਰਹੇ ਹਫ਼ਤੇ ਦੀ 1-2 ਵਾਲੇ ਤੇ ਸਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨਾਲ ਜਿਹੜੀ ਰਸ਼ ਜ਼ਿਆਦਾ ਪਏਗਾ ਤੇ ਰਸ਼ ਇਸ ਵੇਲੇ ਸਭ ਤੋਂ ਖਤਰਨਾਕ ਚੀਜ਼ ਹੈ ਕਰੋਨਾ ਦੇ ਦੌਰ ਤੇ ਸਾਨੂੰ ਤੇ ਵੇਖੋ ਅਸੀਂ ਇਸੇ ਕਰਕੇ 2 ਟੀਮਾਂ 'ਚ ਡਿਵਾਈਡ ਕਰਨ ਲੱਗੇ ਹਾਂ ਹਫ਼ਤੇ ਜਿਹੜੇ ਇੱਕ ਵਾਰ 600 ਆਉਂਦਾ 300 ਆ ਜਾਏ ਸਾਡੇ ਕੋਲ ਜਿੱਥੋਂ ਦਾ ਮਰਜ਼ੀ ਆ ਜਾਏ ਜਿਹਦੇ ਕੋਲ ID ਹੈਗੀ ਉਹ ਸਾਨੂੰ ਹੁਕਮ ਹੈ ਵੀ ਉਹਨੂੰ ਦੇਣੀ ਹੈ
इत्थे जिहड़ा रश पिया होया है करफ्यू दे दौरान सोशल डिस्टेंसिंग जिहड़ी आ उह भी नहीं बनाई जा रही, इहदे बारे की कहना चाहुंदे सर? एज पर रूल जिद्दां कि मेडिसिन देनी अलाउड है सानू, इन्हां नूं भी गवर्नमेंट ने अलाउड कीता होया वा कि इह वाली मेडिसिन जिहड़ी है दित्ती जाएगी वोट वाले मरीजां नूं, तो उस बिहाफ ते पेशेंट आ रहे हैं ते मेडिसिन लै रहे हैं। किन्ने दिन दी मेडिसिन दित्ती जा रही है? एक दो टैबलेट वालिया नू एक हफ्ते दी ते डिवाइड कर दिता है, रश जिहड़ा है ना वो डिवाइड कर दिता है दो हिस्सों दे विच। हांजी हांजी, बाहरों भी आ रहे हैं जिहड़े कि गुरदासपुर तो भी बटाले तो भी लोग फसे हुए ने, वो कह रहे कि इत्थे लोकली सी काम कर रहे हैं मजदूर सी वो इस करके आ रहे हैं। पुलिस प्रशासन वालों दवाई लैन आए लोगों की भीड़ नूं एक मीटर की दूरी ते खड़े करन दी काफी जद्दोजहद की जा रही थी, पर दवाई लैन आए लोगों की गिनती ज्यादा होने करके पुलिस वालों कंट्रोल करना मुश्किल हो रहा सी। देख रहे हैं कि प्रशासन पुलिस प्रशासन वालों जिहड़ा बड़ी जद्दोजहद की जा रही है सोशल डिस्टेंस बनाने लिए, पर जिहड़े कंट्रोल च नहीं आ रहे, इन्नी पब्लिक क्यों आ रही है? हाँ जी, पहला ये मेडिसिन दिंदे हुंदे सी जिवें जिहड़ा बंदा हुंदा सी डेली दी डेली मेडिसिन दिंदे सी, हुण इन्ना टाइम रखता भी मंडे जां ट्यूसडे एक दिन हफ्ते च, फिर वो एक हफ्ते च एक दिन करके सारे लोग एकदम ही आ रहे हैं। तकरीबन 600-700 दे नियर बाय लोग ने जिहड़े बाहर इकट्ठे होए ने, असीं तां उहनां नूं पुलिस प्रशासन ते पूरी कोशिश कर रहे हैं भी सोशल डिस्टेंसिंग पूरी मेनटेन रखन, सारा कुछ पूरा जिवें करफ्यू का पूरा ध्यान रखा जाए, पर इत्थे हुण मेडिसिन दा इन्ना स्टॉक भी नहीं हैगा भी इन्हों जिन्ने बंदे ने उन्होंने दिता जाए, हम इसलिए हम जे इन्हों सीनियर ऑफिसर ने हेल्थ ऑफिशल उन्होंने गल करते हैं कोई यदा वजिए कोई सल्यूशन कटते हैं। इतने जो सीनियर है डॉक्टर उन्होंने गल हुई है तो वह कह रहे साढ़े को स्टॉक नहीं इन्ना आ रहा जिन्ने बंदे आ रहे हैं, तो ये फिर हम जे इन्हों उपर ने उन्होंने गल करा फिर कोई यदा वजिए सल्यूशन कटना पेगा, नहीं तो करफ्यू टाइम है तो वैसे इन्ने लोग कट्ठे होने बहुत गलत गल है। चविंडा देवी तो प्रीतम सिंह मनोहर सिंह गुरजिंदर सगू जीवे पंजाब टीवी।